ਸਿਰਫ ਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਗਰਲਫ੍ਰੈਂਡ ਦੇ ਅਸ਼ਲੀਲ ਪੋਸਟਰ ਲਵਾਏ ਉਸਦੇ ਘਰ ਦੇ ਬਾਹਰ, ਮਲੇਸ਼ੀਆ ਤੋਂ ਬੈਠ ਕੇ ਦੋਸਤ ਤੋਂ ਕਰਵਾਇਆ ਇਹ ਕੰਮ, ਕੁੜੀ ਨੇ ਵਿਆਹ ਕਰਵਾਉਣ ਤੋਂ ਕਰ ਦਿੱਤਾ ਸੀ ਮਨਾ। ਜੀਆਂ, ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਬੁਆਏਫ੍ਰੈਂਡ ਨੇ ਆਪਣੀ ਹੀ ਗਰਲਫ੍ਰੈਂਡ ਦੇ ਪੋਸਟਰ ਅਸ਼ਲੀਲ ਗਰਲਫ੍ਰੈਂਡ ਦੇ ਘਰ ਦੇ ਬਾਹਰ ਹੀ ਲਗਵਾ ਦਿੱਤੇ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਕੁਝ ਸਾਲ ਪਹਿਲਾਂ ਦੋਵੇਂ ਇੱਕ ਲੈਬੋਰਟਰੀ ਦੇ ਵਿੱਚ ਕੰਮ ਕਰਦੇ ਸੀ, ਪਰ ਜਦੋਂ ਲੜਕੀ ਉਸ ਲੈਬੋਰਟਰੀ ਦੇ ਵਿੱਚੋਂ ਹਟ ਗਈ ਅਤੇ ਕਿਸੇ ਹੋਰ ਥਾਂ 'ਤੇ ਜਾ ਕੇ ਡਿਊਟੀ ਕਰਨ ਲੱਗੀ, ਤਾਂ ਕਿਹਾ ਜਾ ਰਿਹਾ ਕਿ ਜੋ ਲੜਕਾ ਸੀ ਉਹ ਮਲੇਸ਼ੀਆ ਚਲਾ ਗਿਆ। ਹਾਲਾਂਕਿ ਮਲੇਸ਼ੀਆ ਜਾ ਕੇ ਉਸਨੇ ਪਹਿਲਾਂ ਆਪਣਾ ਵਿਆਹ ਕਰਵਾਇਆ ਅਤੇ ਕੁਝ ਸਮੇਂ ਬਾਅਦ ਉਹ ਮੁੜ ਤੋਂ ਆਪਣੀ ਗਰਲਫ੍ਰੈਂਡ ਨੂੰ ਫੋਨ ਕਰਨ ਲੱਗਿਆ ਅਤੇ ਉਸ ਨੂੰ ਇੱਕ ਵਾਰ ਫਿਰ ਤੋਂ ਵਿਆਹ ਕਰਵਾਉਣ ਦੇ ਲਈ ਕਿਹਾ। ਪਰ ਜਦੋਂ ਕਿਹਾ ਜਾ ਰਿਹਾ ਕਿ ਗਰਲਫ੍ਰੈਂਡ ਨੇ ਮਨਾ ਕਰ ਦਿੱਤਾ ਵਿਆਹ ਕਰਵਾਉਣ ਤੋਂ, ਤਾਂ ਗੁੱਸੇ ਦੇ ਵਿੱਚ ਆਏ ਬੁਆਏਫ੍ਰੈਂਡ ਨੇ ਆਪਣੇ ਇੱਕ ਦੋਸਤ ਦੇ ਨਾਲ ਸੰਪਰਕ ਕੀਤਾ ਅਤੇ ਆਪਣੀ ਗਰਲਫ੍ਰੈਂਡ ਦੀਆਂ ਅਸ਼ਲੀਲ ਤਸਵੀਰਾਂ ਉਸ ਨੂੰ ਭੇਜੀਆਂ ਅਤੇ ਉਸ ਦੋਸਤ ਨੇ ਅੱਗੇ ਉਸਦੇ ਫਲੈਕਸ ਬਣਾ ਕੇ ਗਰਲਫ੍ਰੈਂਡ ਦੇ ਘਰ ਦੇ ਬਾਹਰ ਲਗਾ ਦਿੱਤੇ। ਜਦੋਂ ਇਹ ਸਭ ਗਰਲਫ੍ਰੈਂਡ ਨੇ ਦੇਖਿਆ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਹੁਣ ਉਸਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਤਾਂ ਪੁਲਿਸ ਨੇ ਜੋ ਬੁਆਏਫ੍ਰੈਂਡ ਸੀ ਉਸਦੇ ਦੋਸਤ ਨੂੰ, ਜਿਸਨੇ ਘਟੀਆ ਕੰਮ ਕੀਤਾ ਸੀ ਫਲੈਕਸ ਲਗਾਉਣ ਦਾ, ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਤਾਂ ਦੱਸਦੀ ਹੈ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬੁਆਏਫ੍ਰੈਂਡ ਨੇ ਆਪਣੀ ਹੀ ਗਰਲਫ੍ਰੈਂਡ ਦੀਆਂ ਅਸ਼ਲੀਲ ਫੋਟੋਆਂ ਉਸਦੇ ਘਰ ਦੇ ਬਾਹਰ ਲਗਵਾ ਦਿੱਤੀਆਂ ਨੇ। ਫਿਲਹਾਲ ਪੁਲਿਸ ਨੇ ਜੋ ਬੁਆਏਫ੍ਰੈਂਡ ਹੈ, ਜਿਸ ਦੋਸਤ ਨੇ ਘਟੀਆ ਕੰਮ ਕੀਤਾ ਸੀ, ਉਸ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਰਫ ਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਗਰਲਫ੍ਰੈਂਡ ਦੇ ਅਸ਼ਲੀਲ ਪੋਸਟਰ ਲਵਾਏ ਉਸਦੇ ਘਰ ਦੇ ਬਾਹਰ, ਮਲੇਸ਼ੀਆ ਤੋਂ ਬੈਠ ਕੇ ਦੋਸਤ ਤੋਂ ਕਰਵਾਇਆ ਇਹ ਕੰਮ, ਕੁੜੀ ਨੇ ਵਿਆਹ ਕਰਵਾਉਣ ਤੋਂ ਕਰ ਦਿੱਤਾ ਸੀ ਮਨਾ। ਜੀਆਂ, ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇੱਕ ਬੁਆਏਫ੍ਰੈਂਡ ਨੇ ਆਪਣੀ ਹੀ ਗਰਲਫ੍ਰੈਂਡ ਦੇ ਪੋਸਟਰ ਅਸ਼ਲੀਲ ਗਰਲਫ੍ਰੈਂਡ ਦੇ ਘਰ ਦੇ ਬਾਹਰ ਹੀ ਲਗਵਾ ਦਿੱਤੇ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਕੁਝ ਸਾਲ ਪਹਿਲਾਂ ਦੋਵੇਂ ਇੱਕ ਲੈਬੋਰਟਰੀ ਦੇ ਵਿੱਚ ਕੰਮ ਕਰਦੇ ਸੀ, ਪਰ ਜਦੋਂ ਲੜਕੀ ਉਸ ਲੈਬੋਰਟਰੀ ਦੇ ਵਿੱਚੋਂ ਹਟ ਗਈ ਅਤੇ ਕਿਸੇ ਹੋਰ ਥਾਂ 'ਤੇ ਜਾ ਕੇ ਡਿਊਟੀ ਕਰਨ ਲੱਗੀ, ਤਾਂ ਕਿਹਾ ਜਾ ਰਿਹਾ ਕਿ ਜੋ ਲੜਕਾ ਸੀ ਉਹ ਮਲੇਸ਼ੀਆ ਚਲਾ ਗਿਆ। ਹਾਲਾਂਕਿ ਮਲੇਸ਼ੀਆ ਜਾ ਕੇ ਉਸਨੇ ਪਹਿਲਾਂ ਆਪਣਾ ਵਿਆਹ ਕਰਵਾਇਆ ਅਤੇ ਕੁਝ ਸਮੇਂ ਬਾਅਦ ਉਹ ਮੁੜ ਤੋਂ ਆਪਣੀ ਗਰਲਫ੍ਰੈਂਡ ਨੂੰ ਫੋਨ ਕਰਨ ਲੱਗਿਆ ਅਤੇ ਉਸ ਨੂੰ ਇੱਕ ਵਾਰ ਫਿਰ ਤੋਂ ਵਿਆਹ ਕਰਵਾਉਣ ਦੇ ਲਈ ਕਿਹਾ। ਪਰ ਜਦੋਂ ਕਿਹਾ ਜਾ ਰਿਹਾ ਕਿ ਗਰਲਫ੍ਰੈਂਡ ਨੇ ਮਨਾ ਕਰ ਦਿੱਤਾ ਵਿਆਹ ਕਰਵਾਉਣ ਤੋਂ, ਤਾਂ ਗੁੱਸੇ ਦੇ ਵਿੱਚ ਆਏ ਬੁਆਏਫ੍ਰੈਂਡ ਨੇ ਆਪਣੇ ਇੱਕ ਦੋਸਤ ਦੇ ਨਾਲ ਸੰਪਰਕ ਕੀਤਾ ਅਤੇ ਆਪਣੀ ਗਰਲਫ੍ਰੈਂਡ ਦੀਆਂ ਅਸ਼ਲੀਲ ਤਸਵੀਰਾਂ ਉਸ ਨੂੰ ਭੇਜੀਆਂ ਅਤੇ ਉਸ ਦੋਸਤ ਨੇ ਅੱਗੇ ਉਸਦੇ ਫਲੈਕਸ ਬਣਾ ਕੇ ਗਰਲਫ੍ਰੈਂਡ ਦੇ ਘਰ ਦੇ ਬਾਹਰ ਲਗਾ ਦਿੱਤੇ। ਜਦੋਂ ਇਹ ਸਭ ਗਰਲਫ੍ਰੈਂਡ ਨੇ ਦੇਖਿਆ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਅਤੇ ਹੁਣ ਉਸਨੇ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਤਾਂ ਪੁਲਿਸ ਨੇ ਜੋ ਬੁਆਏਫ੍ਰੈਂਡ ਸੀ ਉਸਦੇ ਦੋਸਤ ਨੂੰ, ਜਿਸਨੇ ਘਟੀਆ ਕੰਮ ਕੀਤਾ ਸੀ ਫਲੈਕਸ ਲਗਾਉਣ ਦਾ, ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ। ਤਾਂ ਦੱਸਦੀ ਹੈ ਕਿ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਬੁਆਏਫ੍ਰੈਂਡ ਨੇ ਆਪਣੀ ਹੀ ਗਰਲਫ੍ਰੈਂਡ ਦੀਆਂ ਅਸ਼ਲੀਲ ਫੋਟੋਆਂ ਉਸਦੇ ਘਰ ਦੇ ਬਾਹਰ ਲਗਵਾ ਦਿੱਤੀਆਂ ਨੇ। ਫਿਲਹਾਲ ਪੁਲਿਸ ਨੇ ਜੋ ਬੁਆਏਫ੍ਰੈਂਡ ਹੈ, ਜਿਸ ਦੋਸਤ ਨੇ ਘਟੀਆ ਕੰਮ ਕੀਤਾ ਸੀ, ਉਸ ਨੂੰ ਕਾਬੂ ਕਰ ਲਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।